ਅਸਲਾਮ ਵਾਲੀਕੁਮ ਰਹਿਮਤੁਲਾਹ ਬਰਕਾਤੁਹ। ਕੀ ਹਾਲ ਚਾਲ ਹੈ ਸਾਰਿਆਂ ਦਾ? ਮੈਂ ਜ਼ੈਨ ਮਨੀਰ ਸਈਦ ਇੰਡਸਟਰੀ ਤੋਂ ਤੁਹਾਡੀ ਖਿਦਮਤ ਪੇਸ਼ ਹੈ ਜੀ। ਅੱਜ ਮੈਂ ਤੁਹਾਡੀ ਖਿਦਮਤ ਲਿਆਇਆ ਜੀ ਇੱਕ ਹੋਰ ਵੀਡੀਓ। ਇੱਕ ਦੋ ਦਿਨ ਲੰਘ ਜਾਂਦੇ ਕੰਮ ਬਿਜ਼ੀ ਸ਼ਡਿਊਲ ਦੀ ਵਜ੍ਹਾ ਤੋਂ ਵੀਡੀਓ ਨਹੀਂ ਦੇ ਸਕਦਾ। ਵੀਡੀਓ ਸਾਡੀ ਲਾਜ਼ਮੀ ਦੇਖਣਾ, ਇਹਦੇ 'ਚ ਤੁਹਾਨੂੰ ਦੱਸਾਂਗੇ ਜੀ ਡਿਸਕਾਂ ਦਾ ਰੇਟ ਵਗੈਰਾ ਕੀ ਚੱਲਦਾ ਪਿਆ ਵਾ ਅਤੇ ਡਿਸਕਾਂ ਅਸੀਂ ਕਿਸ ਤਰ੍ਹਾਂ ਬਣਾ ਰਹੇ ਹਾਂ। ਅਤੇ ਉਸ ਤੋਂ ਬਾਅਦ ਰੂਟਾਵੀਟਰ ਤੁਹਾਨੂੰ ਦਿਖਾਵਾਂਗੇ ਚੋਰੀ ਚੌਧਰੀ ਬਹਾਦਰ ਹੁਸੈਨ ਸਾਹਿਬ ਦਾ ਰੂਟਾਵੀਟਰ ਜਿਹੜਾ ਜਾ ਰਿਹਾ 90 ਫਲਾਰਸਲ ਫਾਰਮ ਜਿਹੜਾ ਲਿਖਿਆ ਹੋਇਆ ਤੁਸੀਂ ਦੇਖ ਸਕਦੇ ਹੋ। ਇਹ ਕਿਹੜੇ ਟਰੈਕਟਰ ਮਗਰ ਚਲਾਉਣਗੇ ਅਤੇ ਇੰਨੀ ਮੈਂ ਸਾਰੀ ਨਾ ਜੀ ਤੁਹਾਡਾ ਮਾਇੰਡ 'ਚੋਂ ਖਲਿਸ਼ ਕਰ ਦੇਵਾਂ ਕਿ ਇਹਦੇ 'ਚ ਜਿਹੜੇ ਜਿਹੜੇ ਤੁਹਾਡੇ ਸਵਾਲ ਆ ਸਾਰਿਆਂ ਨੂੰ ਇਨਸ਼ਾਅੱਲਾ ਦੂਰ ਕਰਾਂਗੇ ਅਤੇ ਤੁਹਾਨੂੰ ਦੱਸਾਂਗੇ ਕਿ ਰੂਟਾਵੀਟਰ ਡੈਕੋਰੇਸ਼ਨ ਪੀਸ ਨਹੀਂ ਹੈਗੇ ਨੇ, ਇਹ ਰੂਟਾਵੀਟਰ ਐਕਚੁਅਲੀ ਚੱਲਦੇ ਨੇ ਅਤੇ ਅਲਹਮਦੁਲਿਲਾ ਸਾਡੇ ਆਲਰੇਡੀ ਚੱਲਦੇ ਪਏ ਨੇ ਅਤੇ 7-12 ਫੁੱਟ ਰੂਟਾਵੀਟਰ ਹੈ ਜੀ। ਇਹਦੇ ਬਾਰੇ ਇਨਫੋਰਮੇਸ਼ਨ ਦੇ ਸਾਡੀ ਵੀਡੀਓ ਲਾਈਕ ਕਰਨਾ, ਸਬਸਕ੍ਰਾਈਬ ਕਰਨਾ ਅਤੇ ਚੱਲਦੇ ਵੀਡੀਓ ਵੱਲ ਜੀ। ਸਰ ਇਹਦੇ ਰੂਟਾਵੀਟਰ ਬਾਰੇ ਮੈਂ ਤੁਹਾਨੂੰ ਦੱਸਦਾ ਜਾਵਾਂ, 90 ਫਾਲ ਰੂਟਾਵੀਟਰ ਹੈ ਜੀ। 12.5 ਫੁੱਟ ਦੀ ਤਕਰੀਬਨ ਚੌੜਾਈ ਹੁੰਦੀ ਹੈ। 385 ਟਰੈਕਟਰ ਜਾਂ 375 ਟਰੈਕਟਰ ਜਾਂ ਰੂਸੀ ਜਿਹੜਾ 820 ਆਇਆ ਨਾ ਜੀ 4x4 ਉਹ ਚਲਾ ਸਕਦਾ, ਆਮ ਰੂਸੀ ਵੀ ਚਲਾ ਸਕਦਾ ਇਹਨੂੰ। ਅਤੇ ਇਹਨੂੰ ਕਈ ਲੋਕਾਂ ਦਾ ਭਾਈਆਂ ਦਾ ਯਾਨੀ ਕਿ ਮੈਸੇਜ ਆਉਂਦਾ ਕਿ ਸ਼ਾਇਦ ਬਣੇ ਹੋਏ ਰਕਬੇ 'ਤੇ ਨਾ ਜਿੱਥੇ ਹੱਲਾਂ ਫਿਰੀਆਂ ਹੁੰਦੀਆਂ ਉੱਥੇ ਚੱਲਦੇ ਨੇ। ਨਹੀਂ, ਬਿਲਕੁਲ ਐਸਾ ਨਹੀਂ ਹੈ। ਤੁਸੀਂ ਵੀਡੀਓ ਦੇਖ ਸਕਦੇ ਹੋ ਚੌਧਰੀ ਬਹਾਦਰ ਸਾਹਿਬ ਦੇ ਅਕਾਊਂਟ 'ਚ ਜਾ ਕੇ, ਅਰਸਲ ਫਾਰਮ ਜਿਹੜਾ ਯੂਟਿਊਬ ਚੈਨਲ ਹੈ ਉੱਥੇ ਤੁਸੀਂ ਦੇਖ ਸਕਦੇ ਹੋ। ਉਹਨਾਂ ਨੇ ਬਹੁਤ ਪੁਰਾਣੀਆਂ ਵੀਡੀਓ ਜਿਹੜੀਆਂ ਨਾ ਜੀ ਉਹ ਵੀਡੀਓ ਤੁਸੀਂ ਚੈੱਕ ਕਰ ਸਕਦੇ ਹੋ। ਉਹਨਾਂ ਨੇ 260 ਮਗਰ ਮੱਕੀ ਦੇ ਵੜ 'ਤੇ ਚਲਾਈਆਂ, ਯਾਨੀ ਕਿ ਬੈੱਡਾਂ ਦੇ ਉੱਪਰ ਚਲਾਈ ਹੋਈ ਹੈ ਵੀਡੀਓ ਰੂਟਾਵੀਟਰ। ਅਤੇ ਇਹਦੀ ਐਡਾ ਵੱਡਾ ਰੂਟਾਵੀਟਰ ਚਲਾਉਣ ਦਾ ਕਿਸ ਤਰ੍ਹਾਂ ਚੱਲਦੇ ਨੇ, ਕਈ ਲੋਕ ਸਵਾਲ ਕਰਦੇ ਨੇ ਜੀ ਕਿਸ ਤਰ੍ਹਾਂ ਚੱਲ ਸਕਦੇ ਬਗੈਰ ਵਾਈਬ੍ਰੇਸ਼ਨ ਤੋਂ, ਬਗੈਰ ਧੜਕੇ ਤੋਂ। ਅਤੇ ਸਰ ਸਾਡਾ ਜਵਾਬ ਹੈ ਕਿ ਸਾਡੀ ਜਿਹੜੀ ਫਿਟਿੰਗ ਦਾ ਤਰੀਕਾ ਨਾ ਜੀ, ਸਾਡਾ ਰੂਟਾਵੀਟਰ ਬਨਾਵਟ ਦਾ ਤਰੀਕਾ ਉਹ ਪੂਰੇ ਪਾਕਿਸਤਾਨ ਨਾਲੋਂ ਡਿਫਰੈਂਟ ਹੈ। ਹਰ ਇੰਡਸਟਰੀ ਬਹੁਤ ਅੱਛਾ ਕੰਮ ਕਰਦੀ ਵੀ ਜਿਹੜਾ ਕੋਈ ਬਿਹਤਰ ਕੰਮ ਕਰ ਸਕਦੇ ਉਹ ਬਿਹਤਰ ਕਰਦੇ ਨੇ ਅਤੇ ਲੇਕਿਨ ਸਾਡਾ ਜਿਹੜਾ ਕੰਮ ਨਾ ਜੀ ਥੋੜ੍ਹਾ ਜਿਹਾ ਅਸੀਂ ਇਹਦੇ 'ਚ ਇਗਨੋਰੈਂਸ ਨਹੀਂ ਲੈ ਕੇ ਆਉਂਦੇ। ਫੋਰ ਐਗਜ਼ਾਮਪਲ ਸਾਡਾ ਬੈਰਿੰਗ ਸਾਈਜ਼ ਲੂਜ਼ ਹੋ ਗਿਆ ਨਾ ਕਿਸੇ ਚੀਜ਼ ਦਾ, ਅਸੀਂ ਉਹਨੂੰ ਬਜਾਏ ਕਿ ਤੁੰਨਣ ਤੋਂ ਜਾਣ ਤੋਂ ਜਾਂ ਵਿੱਚ ਕੋਈ ਸ਼ਾਇਦ ਮਾਲ ਮੂਲ ਭਰਨ ਤੋਂ ਅਸੀਂ ਉਹਨੂੰ ਸਕਰੈਪ ਕਰ ਦਿੰਦੇ ਹਾਂ। ਅਸੀਂ ਹਰ ਰੂਟਾਵੀਟਰ ਦਾ ਇੱਕ ਇੱਕ ਚੀਜ਼ 4 ਦਫ਼ਾ ਇੰਸਪੈਕਸ਼ਨ ਕਰਕੇ ਇਸ ਨੂੰ ਭੇਜਦੇ ਹਾਂ। ਅਸੀਂ ਰੂਟਾਵੀਟਰ ਨੂੰ ਜਦੋਂ ਤਿਆਰ ਹੁੰਦਾ ਈਵਨ ਕਿ ਉਹਨੂੰ ਚਲਾ ਕੇ ਚੈੱਕ ਕਰਕੇ ਭੇਜਦੇ ਹਾਂ। ਸਾਡੀ ਤੁਸੀਂ ਵੀਡੀਓ ਵੀ ਸ਼ਾਇਦ ਦੇਖੀ ਹੋਵੇ, ਅਸੀਂ ਇਹਦੇ 'ਚ ਕੋਈ ਕਿਸੇ ਕਿਸਮ ਦੀ ਕਮੀ ਪੇਸ਼ੀ ਨਹੀਂ ਆਉਣ ਦਿੰਦੇ। ਅਤੇ ਕਈ ਭਾਈ ਜਿਹੜੇ ਨਾ ਸਾਨੂੰ ਸਵਾਲ ਕਰਦੇ ਨੇ ਤੁਸੀਂ ਪਿਛਲੀ ਸਾਈਡ 'ਤੇ ਸਪਰਿੰਗ ਕਿਉਂ ਨਹੀਂ ਰਿਕਮੈਂਡ ਕਰਦੇ। ਸਪਰਿੰਗ ਲਾਉਣ ਨੂੰ ਕੋਈ ਐਡਾ ਵੱਡਾ ਕੋਈ ਮਜ਼ਾਇਲ ਨਹੀਂ ਹੈ ਕਿ ਜਿਹੜਾ ਜੀ ਲੱਗੇ ਨਾ ਜਾਂ ਬਹੁਤ ਔਖਾ ਕੰਮ ਹੈ। ਅਸੀਂ ਲਾਉਣ ਨੂੰ ਬਹੁਤ ਈਜ਼ੀਲੀ ਲਾ ਸਕਦੇ ਹਾਂ ਲੇਕਿਨ ਉਹਦਾ ਬੈਨੀਫਿਟ ਨਹੀਂ ਹੈ ਸਾਡੇ ਕੋਲ, ਕਿਉਂਕਿ ਅਕਸਰ ਫਟੇ ਨੂੰ ਫੁੱਲ ਪਿੱਛੇ ਚੁੱਕ ਕੇ ਥੱਲੋਂ ਸਾਫ਼ ਰੂਟਾਵੀਟਰ ਕਰਨਾ ਪੈਂਦਾ ਜਾਂ ਕਿਸੇ ਵੀ ਕੁਛ ਤਰੀਕੇ ਨਾਲ ਕੋਈ ਕੰਮ ਕਰਨਾ ਪੈਂਦਾ ਨਾ ਜੀ, ਅਤੇ ਉਹ ਫਟੇ ਚੁੱਕੇ ਨਹੀਂ ਜਾਂਦੇ। ਅਤੇ ਜਦੋਂ ਬੰਨੇ ਦੇ ਕੋਲ ਸਾਡੇ ਡਰਾਈਵਰ ਹਜ਼ਰਾਤ ਜਦੋਂ ਬੰਨੇ ਦੇ ਕੋਲ ਰੂਟਾਵੀਟਰ ਥੱਲੇ ਰੱਖਦੇ ਨੇ ਅਕਸਰ ਫੱਟਾ ਜ਼ਿਆਦਾਤਰ ਚੁੱਕਿਆ ਨਹੀਂ ਜਾਂਦਾ, ਫਿਰ ਉਹਦੀ ਵਜ੍ਹਾ ਤੋਂ ਥੋੜ੍ਹਾ ਪ੍ਰੋਬਲਮ ਬਣਦਾ ਵਾ। ਸਾਡਾ ਜਿਹੜਾ ਰੂਟਾਵੀਟਰ ਦਾ ਫੱਟਾ ਨਾ ਜੀ ਇਕੱਲਾ ਬੰਦਾ ਨਾ ਇਕੱਲਾ ਬੰਦਾ ਨੂੰ ਨਹੀਂ ਚੁੱਕ ਸਕਦਾ, ਐਡਾ ਵਜ਼ਨੀ ਹੈ, 1.25 ਸੂਤਰ ਮੋਟੀ ਚਾਦਰ ਹੈ ਸਾਡੀ। ਹੁਣ ਮੈਂ ਦਿਖਾਉਂਦਾ ਵਾ ਜੀ ਤਕਰੀਬਨ ਇਹਦੀ 1.25 ਸੂਤਰ ਮੋਟੀ ਚੌੜਾਈ ਹੈ, ਤੁਸੀਂ ਚੈੱਕ ਕਰੋ ਨਾ ਤੁਸੀਂ ਇਹ ਦੇਖੋ
ਇਹ ਚੀਜ਼ਾਂ ਅਗਰ ਇਹਨੂੰ ਮੈਂ ਹਲਕਾ ਕਰ ਦਾਂਗਾ ਤਾਂ ਫਿਰ ਮੇਰਾ ਫੱਟਾ ਜ਼ਹਿਰ ਖਤਮ ਹੋ ਜਾਏਗਾ, ਫਿਰ ਜ਼ਹਿਰ ਕੋਈ ਨਾ ਕੋਈ ਪ੍ਰੋਬਲਮ ਆਏਗਾ, ਫਿਰ ਮੈਨੂੰ ਸਪਰਿੰਗ ਲਾਉਣੇ ਪੈਣੇ ਥੱਲੇ ਰੱਖਣ ਵਾਸਤੇ, ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਲੈ ਕੇ ਜਾਓ ਤਾਂ ਪਿੱਛੇ ਠੱਕ 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 ਕਰਦਾ ਰਹੇਗਾ, ਲੇਕਿਨ ਸਾਡਾ ਫੱਟਾ ਇਨਸ਼ਾਅੱਲਾ ਇਸ ਤਰ੍ਹਾਂ ਨਹੀਂ ਕਰੇਗਾ। ਅਸੀਂ ਟੋਟਲ ਬੋਲਟ ਇਹਦੇ 'ਚ ਜਿਹੜੇ ਇਸਤੇਮਾਲ ਕਰਦੇ ਨਾ ਉਹ ਆਈ ਬੀ ਆਈ ਦੇ ਇਸਤੇਮਾਲ ਕਰਦੇ ਹਾਂ। ਹੁਣ ਆਈ ਬੀ ਆਈ ਦੇ ਬੋਲਟ ਦਾ ਮਕਸਦ ਹੈ, ਦੇਖੋ ਤੁਸੀਂ ਦੇਖ ਸਕਦੇ ਹੋ ਆਈ ਬੀ ਆਈ ਲਿਖਿਆ ਹੈ, ਆਈ ਬੀ ਆਈ ਦਾ ਮਕਸਦ ਹੈ ਕਿ ਅਗਰ ਇੱਕ ਰੂਟਾ ਵਟੇ ਤਾਂ ਰੂਟਾ ਬੋਰਡ ਸਾਡੇ ਕੋਲ ਆਏ ਨਾ ਜੀ ਤਕਰੀਬਨ 6,000 ਰੁਪਏ ਦੇ, ਅਤੇ ਅਗਰ ਮੈਂ ਆਈ ਬੀ ਆਈ ਯੂਜ਼ ਕਰਾਂਗਾ ਤਾਂ ਉਹੀ ਮੈਨੂੰ 12,000 ਰੁਪਏ ਦੇ ਪੈਣਗੇ, ਯਾਨੀ ਕਿ ਡਬਲ। ਉਸ ਤੋਂ ਬਾਅਦ ਹੋਰ ਐਸੀਆਂ ਵਿੱਚ ਸਾਡੀਆਂ ਐਸੀਆਂ ਚੀਜ਼ਾਂ ਵਾ ਜਿਹੜੀਆਂ ਅਸੀਂ ਮਾਰਕੀਟ ਨਾਲੋਂ ਬਹੁਤ ਚੇਂਜ ਕਰਦੇ ਹਾਂ। ਅਕਸਰ ਜ਼ਿਮੀਦਾਰ ਹਜ਼ਰਾਤ ਸਾਨੂੰ ਸਵਾਲ ਕਰਦੇ ਨੇ ਆ ਕੇ ਜੀ ਕਿ ਇਹ ਜਿਹੜਾ ਰੂਟਾਵੇਟਰ ਦਾ ਤੁਸੀਂ ਰੇਟ ਤੁਹਾਡਾ ਬਹੁਤ ਜ਼ਿਆਦਾ ਵਾ। ਅਸੀਂ ਉਹਨਾਂ ਨੂੰ ਇਹੀ ਮੈਂ ਉਹਨਾਂ ਨੂੰ ਸਾਨੂੰ ਕਈ ਹਜ਼ਰਾਤ ਯਕੀਨ ਕਰੋ ਅੱਲਾਹ ਦੀ ਜ਼ਾਤ ਜਾਣਦੀ ਹੈ ਸਾਨੂੰ ਫੋਨ ਕਰਦੇ ਨੇ, ਸਾਨੂੰ ਕਹਿੰਦੇ ਸੀ ਅਸੀਂ 40-50,000 ਰੁਪਇਆ 55,000 ਬਚਾਉਣ ਦੀ ਖਾਤਰ ਅਸੀਂ ਰੂਟਾਵੇਟਰ ਕਿਤੇ ਹੋਰ ਬਣਵਾ ਬੈਠੇ ਅਤੇ ਅਸੀਂ ਮਰ ਗਏ ਥਾਂ 'ਤੇ, ਅਤੇ ਅਸੀਂ ਬੜੇ ਸ਼ਰਮਿੰਦਾ ਵਾ। ਸਾਨੂੰ ਮੈਸੇਜਸ ਵੀ ਆਏ ਹੋਏ ਆ ਤੁਹਾਨੂੰ, ਮੈਂ ਅਗਰ ਕਹੋਗੇ ਤਾਂ ਮੈਂ ਇਨਸ਼ਾਅੱਲਾ ਦਿਖਾ ਵੀ ਦਿਆਂਗਾ। ਅਤੇ ਹਲਕੀ ਚੀਜ਼ ਕੋਈ ਬਣਾ ਕੇ ਦੇਗਾ ਨਾ ਜੀ ਉਹ ਵੀ ਆਪਣਾ ਪੇਟ ਭਰ ਕੇ ਬਣਾ ਕੇ ਦੇਗਾ, ਤੁਹਾਨੂੰ ਕੋਈ ਪੱਲੋਂ ਪਾ ਕੇ ਨਹੀਂ ਬਣਾ ਕੇ ਦੇਗਾ, ਉਹ ਤੁਹਾਡੇ ਪੈਸੇ 'ਚੋਂ ਹੀ ਜਾਣਾ ਵਾ। ਇਸ ਤੋਂ ਬਿਹਤਰ ਆ ਤੁਸੀਂ ਰੇਟ ਨੂੰ ਲੜਾਈ ਖਤਮ ਕਰੋ, ਇੱਕ ਦਫ਼ਾ ਕੋਈ ਚੀਜ਼ ਚੰਗੀ ਬਣਵਾ ਲਓ ਤਾਂ ਕਿ ਤੂੰ ਕੋਈ 10 ਸਾਲ ਤੁਹਾਡੇ ਸਕੂਨ 'ਤੇ ਲੱਗ ਜਾਵਾਂ। ਇਹ ਨਹੀਂ ਕਿ ਤੁਸੀਂ 30-40 ਹਜ਼ਾਰ ਬਚਾਉਣ ਦੀ ਖਾਤਰ ਆਪਣੇ 3 ਸਾਲ ਫਿਰ ਅਜ਼ਾਬ 'ਚ ਪਾ ਲਓ, ਤੁਹਾਡੀ ਮਿਹਰਬਾਨੀ ਹੈ। ਰੂਟਾਵੇਟਰ ਕੋਈ ਐਸੀ ਚੀਜ਼ ਨਹੀਂ ਹੈ ਜਿਹਨੂੰ ਹਰ ਕੋਈ ਬੰਦਾ ਐਕੂਰੇਟ ਤਰੀਕੇ ਨਾਲ ਛੋਟੀ ਛੋਟੀ ਦੁਕਾਨਾਂ 'ਤੇ ਬੈਠ ਕੇ ਬਣਾ ਲਏ, ਪੂਰੀ ਐਕੂਰੇਸ਼ਨ ਚਾਹੀਦੀ ਹੈ, ਪੂਰਾ ਅੱਡੇ ਚਾਹੀਦੇ ਨੇ, ਪੂਰੇ ਸਿਸਟਮ ਦੇ ਨਾਲ ਚੱਲਦਾ ਵਾ। ਹੁਣ ਦੇਖੋ ਜੀ, ਹੁਣ ਮੈਂ ਤੁਹਾਨੂੰ ਬੇਸਿਕਲੀ ਚੀਜ਼ਾਂ ਦੱਸ ਦਿੰਦਾ ਵਾ ਸਾਨੂੰ ਤੁਹਾਨੂੰ, ਬਾਅਦ ਤੋਂ ਮੈਂ ਰੂਟਾਵੇਟਰ ਘੁਮਾ ਕੇ ਦਿਖਾਵਾਂਗਾ ਤੁਹਾਨੂੰ ਹੱਥ ਨਾਲ। ਇਹ ਜਗ੍ਹਾ ਜੀ ਪਾਕਿਸਤਾਨ ਪੂਰੇ 'ਚ ਬੈਰਿੰਗ ਸਿੰਗਲ ਪੈਂਦਾ ਸਾਡਾ, ਇੱਥੇ ਬੈਰਿੰਗ ਡਬਲ ਨੇ, ਠੀਕ ਹੈ। ਇਸ ਜਗ੍ਹਾ 'ਤੇ ਪੂਰੇ ਪਾਕਿਸਤਾਨ 'ਚ ਸਿੰਗਲ ਬੈਰਿੰਗ ਪੈਂਦੇ ਨੇ, ਸਾਡੇ ਇੱਥੇ ਵੀ ਬੈਰਿੰਗ ਡਬਲ ਨੇ, ਸੈਂਟਰ 'ਤੇ ਜਿਹੜਾ ਬੈਰਿੰਗ ਆ ਉੱਥੇ ਵੀ ਸਾਡਾ ਡਬਲ ਹੈ। ਥੱਲੇ ਜਿਹੜਾ ਬੈਰਿੰਗ ਅਸੀਂ ਪਾਇਆ ਨਾ ਜੀ ਉਹ ਅਸੀਂ 3-3 ਬੈਰਿੰਗ ਪਾ ਰਹੇ ਹਾਂ। ਉਸ ਤੋਂ ਬਾਅਦ ਪਿੱਤਲ ਦੇ ਬੁਸ਼ ਅਸੀਂ ਲਾ ਰਹੇ ਹਾਂ ਜਿੱਥੇ ਸਿਲਾਂ ਚੱਲਦੀਆਂ ਵਾ। ਉਸ ਤੋਂ ਬਾਅਦ ਕਈ ਐਸੇ ਪੁਆਇੰਟਸ ਆ ਜਿਹੜੇ ਅਸੀਂ ਨਹੀਂ ਸ਼ੋਅ ਕਰਵਾ ਸਕਦੇ, ਨਹੀਂ ਦੱਸ ਸਕਦੇ ਤੁਹਾਨੂੰ, ਜਿਹਦੀ ਵਜ੍ਹਾ ਤੋਂ ਸਾਡਾ ਰੂਟਾਵੇਟਰ 'ਚ ਤੜਕਾ ਹੀ ਕੋਈ ਨਹੀਂ ਹੈ। ਯਾਨੀ ਕਿ ਅਗਰ ਤੁਸੀਂ ਪੀਟੀਓ ਸ਼ਾਫਟ ਮਗਰ ਰੂਟਾਵੇਟਰ ਪਾਇਆ ਹੈਗਾ ਟਰੈਕਟਰ ਮਗਰ ਥੱਲੋਂ ਰੂਟਾਵੇਟਰ ਦੇ ਫਾਲੇ ਘੁੰਮਦੇ ਹੋਣਗੇ ਤਾਂ ਉੱਤੋਂ ਫੀਲ ਨਹੀਂ ਹੋਏਗਾ ਕਿ ਮੈਂ ਚੱਲ ਰਿਹਾ ਕਿ ਨਹੀਂ, ਉਹ ਇਸ ਤਰ੍ਹਾਂ ਹੀ ਬਿਲਕੁਲ ਇਸ ਤਰ੍ਹਾਂ ਹੀ ਨਜ਼ਰ ਆਏਗਾ ਜਿਸ ਤਰ੍ਹਾਂ ਅਨਬੈਲ ਯਾਨੀ ਕਿ ਚੱਲਦਾ ਹੀ ਨਹੀਂ ਪਿਆ। ਅਲਹਮਦੁਲਿਲਾ ਸਾਡਾ ਇਨਸ਼ਾਅੱਲਾ ਰੂਟਾਵੇਟਰ ਦਾ ਕਮਾਲ ਹੈ। ਅਸੀਂ ਜਿਹੜੀ ਗੱਲ ਕਰਦੇ ਹਾਂ ਅਸੀਂ ਫਿਰ ਉਹਦੇ 'ਚ ਪੂਰਾ ਵੀ ਉਤਰਦੇ ਹਾਂ, ਫਿਰ ਅਸੀਂ ਉਹਨੂੰ ਪੂਰਾ ਲੈ ਕੇ ਜਾਂਦੇ ਹਾਂ। ਯਾਨੀ ਕਿ ਸਾਨੂੰ ਸਵਾਲ ਨਹੀਂ ਪਤਾ ਹੁੰਦਾ ਕਿ ਅਸੀਂ ਇਗਨੋਰ ਕਰ ਦਈਏ। ਹੁਣ ਦੇਖੋ 90 ਫਲਾ ਰੂਟਾਵੇਟਰ 2017 ਦਾ ਸਾਡੇ ਚੋਰੀ ਵਾਹਦ ਸਾਹਿਬ ਕੋਲ ਚੱਲਦਾ ਪਿਆ ਵਾ, ਉਹਨੂੰ ਦੇਖ ਕੇ ਤਕਰੀਬਨ ਘੱਟ ਤੋਂ ਘੱਟ 100 ਤੋਂ ਉੱਤੇ ਰੂਟਾਵੇਟਰ ਦੋ ਢਾਈ ਸੌ ਰੂਟਾਵੇਟਰ ਸਾਡਾ 90 ਫਲਾ ਚੱਲਦਾ ਪਿਆ ਵਾ ਪਾਕਿਸਤਾਨ ਦੇ ਵਿੱਚ। ਅਤੇ ਅਲਹਮਦੁਲਿਲਾ ਸਭ ਤੋਂ ਲਾਰਜੈਸਟ ਰੂਟਾਵੇਟਰ ਬਣਾਉਣ ਵਾਲੀ ਕੰਪਨੀ ਸਾਡੀ ਸਹਿਜਰ ਇੰਡਸਟਰੀ ਹੈ। ਅਸੀਂ ਹਮੇਸ਼ਾ ਹੀ ਮਿਆਰ ਨੂੰ ਬਿਹਤਰ ਕੀਤਾ ਵਾ, ਹਮੇਸ਼ਾ ਚੇਂਜਿੰਗ ਵੱਲ ਯਾਨੀ ਕਿ ਸਾਡਾ ਦੇਣ ਰਿਹਾ ਵਾ। ਹੁਣ ਹਰ ਸਾਲ ਕੋਈ ਨਾ ਕੋਈ ਦੇਖੋ ਨਾ ਜੀ, ਚਾਦਰਾਂ ਹੁਣ ਬੈਡ ਨੂੰ ਸਾਡੀਆਂ ਕਟਾਈ ਹੋ ਰਹੀਆਂ ਵਾ, ਟੋਟਲ ਨਵੀਂ ਚਾਦਰ ਹੈ ਜੀ, ਕੋਈ ਪੁਰਾਣੀ ਚਾਦਰ ਅਸੀਂ ਲਾਗੇ ਨਹੀਂ ਲੈ ਕੇ ਆਉਂਦੇ। ਰੂਟਾਵੇਟਰ ਦੇ ਵਿੱਚ ਕੋਈ ਐਸਾ ਚੀਜ਼ ਨਹੀਂ ਹੈ ਜਿਹੜੀ ਅਸੀਂ ਪੁਰਾਣੀ ਓਲਡ ਮਾਰਕੀਟ ਤੋਂ ਚੁੱਕ ਕੇ ਲਈਏ ਅਤੇ ਪੈਸੇ ਬਚਾਉਣ ਦੀ ਖਾਤਰ ਉਹਨੂੰ ਹਲਕਾ ਕਰਕੇ ਦਿਖਾਈਏ ਜੀ। ਉਸ ਤੋਂ ਇਲਾਵਾ ਜੀ ਇਹ ਹੱਲ ਇਹ ਫਾਲਾ ਸਾਡਾ ਤੁਸੀਂ ਦੇਖ ਸਕਦੇ ਹੋ, ਇਹ ਫਾਲਾ ਜੀ ਸਾਡਾ, ਇਹ ਅਗਲੀ ਸਾਈਡ 'ਤੇ ਉੱਥੇ ਫਿੱਟ ਹੋਣਾ, ਅੱਪਰ ਪੈਲੀ 'ਚ ਚਲਾਉਣ ਵਾਸਤੇ ਬਿਹਤਰੀਨ ਚੀਜ਼ ਹੋਣੀ ਹੈ। ਯਾਨੀ ਕਿ ਕਿਸੇ ਕਿਸਮ ਦਾ ਯਾਨੀ ਕਿ ਲੋੜ ਨਹੀਂ
ਇਹਨੂੰ ਜਿੰਨਾ ਮਰਜ਼ੀ ਚਾਹੀਏ ਆਪਾਂ ਗਹਿਰਾ ਲਾ ਸਕਦੇ ਹਾਂ, ਕੋਈ ਕਿਸੇ ਕਿਸਮ ਦਾ ਮਸਲਾ ਨਹੀਂ ਹੈ। ਅੱਛਾ ਜੀ, ਹੁਣ ਮੈਂ ਬੇਸਿਕਲੀ ਜੀ ਤੁਹਾਨੂੰ ਦੱਸਦਾ ਵਾਂ, ਹੁਣ ਤੁਹਾਨੂੰ ਰੂਟਾਵੀਟਰ ਹੱਥ ਨਾਲ ਘੁਮਾ ਕੇ ਦਿਖਾਉਂਦੇ ਹਾਂ ਜੀ। ਥੱਲੋਂ ਤੁਸੀਂ ਦੇਖ ਸਕਦੇ ਹੋ ਜ਼ਮੀਨ ਨਾਲ ਟੱਚ ਨਹੀਂ ਹੈ, ਜ਼ਮੀਨ ਨਾਲ ਟੱਚ ਨਹੀਂ ਹੈ ਜੀ। ਹੁਣ ਤੂੰ ਨਹਾਵਾਂਗਾ ਤਾਂ ਘੁਮਾ ਯਾਰ, ਘੁਮਾਉਂਦਾ। ਆਹ ਦੇਖੋ ਜੀ, ਥੱਲੇ ਰੂਟਾਵੀਟਰ ਘੁੰਮਦਾ ਪਿਆ ਜੀ। ਕਿੰਨਾ ਕੁ ਜ਼ੋਰ ਲੱਗਦਾ ਪਿਆ ਵਾ, ਹਾਂ ਇਹ ਘੱਟ ਨਹੀਂ ਘੁਮਾ ਰਿਹਾ ਜੀ। ਇਹ 90 ਫਾਲਾ ਰੂਟਾਵੀਟਰ ਹੈ ਜੀ, ਸਹੀ ਇੰਡਸਟਰੀ ਦੀ ਪਹਿਚਾਣ ਹੈ ਅਲਹਮਦੁਲਿਲਾ। ਇਹ ਘੱਟ ਨਾ ਘੁਮਾ ਰਿਹਾ ਵਾ, ਕੋਈ ਕਿਸੇ ਕਿਸਮ ਦਾ ਲੋਡ ਨਹੀਂ, ਕੋਈ ਜ਼ੋਰ ਨਹੀਂ। ਐਂ ਨਹੀਂ ਕਿ ਇੱਕ ਸਾਈਡ ਢਿੱਲੀ ਹੋ ਗਈ ਜਾ ਕੇ ਫਿਰ ਟਾਇਟ ਹੋ ਗਈ, ਵਿੱਚ ਫਿਰ ਢਿੱਲੀ ਹੋ ਗਈ ਫਿਰ ਟਾਇਟ ਹੋ ਗਈ, ਇਸ ਤਰ੍ਹਾਂ ਨਹੀਂ ਸਿਸਟਮ ਹੋਣਗੇ ਇਨਸ਼ਾਅੱਲਾ। ਨਾ ਸਾਡੀ ਆਵਾਜ਼ ਹੋਏਗੀ ਗੜਗੜ, ਇਸ ਤਰ੍ਹਾਂ ਦੀ ਆਵਾਜ਼ ਵੀ ਨਹੀਂ ਹੋਏਗੀ। ਬਹੁਤ ਹੀ ਸਮੂਥਲੀ ਅਲਹਮਦੁਲਿਲਾ ਰੂਟਾਵੀਟਰ ਸਾਡੇ ਚੱਲਣਗੇ ਜੀ। ਸਾਡੀ ਵੀਡੀਓ ਦੇਖਣ ਦਾ ਤੁਹਾਨੂੰ ਮੈਂ ਨਾ ਇਨਸ਼ਾਅੱਲਾ ਐਂਡ 'ਤੇ ਸਾਰੇ ਮੈਂ ਰੇਟ ਵੀ ਦੱਸ ਦਿੰਦਾ। ਰੇਟ ਅਕਸਰ ਜ਼ਿੰਮੇਦਾਰ ਹਜ਼ਾਰ ਸਾਨੂੰ ਪੁੱਛਦੇ ਹੁੰਦੇ ਨੇ ਜੀ। 85-75 ਵਾਸਤੇ ਅਸੀਂ ਰਿਕਮੈਂਡ ਕਰਦੇ, 90 ਫਾਲਾ ਅਗਰ ਕੋਈ ਲੈਣਾ ਚਾਹੁੰਦਾ ਸਾਡੇ ਕੋਲ 5,20,000 ਰੁਪਏ ਦਾ, ਫਿਰ 84 ਫਾਲਾ ਮਿਲੇਗਾ ਪੂਰੇ 5,00,000 ਰੁਪਏ ਦਾ, ਫਿਰ 78 ਫਾਲਾ 4,65,000 ਰੁਪਏ ਦਾ ਜੀ, ਉਸ ਤੋਂ ਬਾਅਦ ਜਿਹੜਾ ਆਪਣਾ 72 ਫਾਲਾ 4,50,000 ਰੁਪਏ ਦਾ, 66 ਫਾਲਾ 4,35,000 ਰੁਪਏ ਦਾ, 60 ਫਾਲਾ 4,25 ਦਾ ਜੀ, ਅਤੇ ਜਿਹੜਾ 54 ਫਾਲਾ 4,15 ਦਾ, ਅਤੇ 48 ਫਾਲਾ ਰੂਟਾਵੀਟਰ 240 ਵਾਸਤੇ ਅਸੀਂ ਬਣਾਉਂਦੇ ਹਾਂ, ਅਤੇ ਉਹ ਮਿਲੇਗਾ 4,05,000 ਰੁਪਏ ਦਾ। ਇਸ ਤੋਂ ਛੋਟਾ ਰੂਟਾਵੀਟਰ ਸਾਡੇ ਕੋਲ ਅਵੇਲੇਬਲ ਨਹੀਂ ਹੈ। ਅਤੇ ਉਸ ਤੋਂ ਇਲਾਵਾ ਜੀ ਤੁਹਾਨੂੰ ਹੁਣ ਡਿਸਕਾਂ ਦਾ ਇਨਫੋਰਮੇਸ਼ਨ ਵੀ ਦਿੰਦੇ ਜਾਂਦੇ ਹਾਂ ਜੀ। ਤੁਸੀਂ ਦੇਖ ਸਕਦੇ ਹੋ ਡਿਸਕਾਂ ਪਈਆਂ, 18 ਦੇ ਵਿੱਚ ਡਿਸਕਾਂ ਜੀ ਆਰਡਰ ਦੀਆਂ ਬਣੀਆਂ ਹੋਈਆਂ ਵਾ। 18 ਦੇ ਵਿੱਚ ਡਿਸਕਾਂ ਦਾ 6 ਇੰਚ ਦਾ ਸਾਡਾ ਚੈਨਲ ਹੁੰਦਾ ਸੀ, ਚੈਨਲ ਫਰੇਮ ਲਾਇਆ ਹੁੰਦਾ 6 ਇੰਚ ਦਾ, ਉਸ ਤੋਂ ਬਾਅਦ 3 ਇੰਚ ਦਾ ਬਾਕੀ ਫਰੇਮ ਹੁੰਦਾ ਵਾ। ਤਕਰੀਬਨ ਅਗਰ 18 ਦੇ ਵਿੱਚ ਡਿਸਕਾਂ ਬੰਨਣ ਸਾਡੀਆਂ ਤਾਂ 27-28 ਮਨ ਵਜ਼ਨ ਹੁੰਦਾ ਸਾਡੀ ਡਿਸਕਾਂ ਦਾ। ਮਾਸ਼ਾਅੱਲਾ ਬਹੁਤ ਭਾਰੀਆਂ, ਸਮੂਥਲੀ, ਬਹੁਤ ਹੀ ਅੱਛਾ ਸਿਸਟਮ। ਅਗਲੀ ਸਾਈਡ 'ਤੇ ਨਵੀਆਂ ਵਾਲਾ ਸਿਸਟਮ ਹੁੰਦਾ ਵਾ। 18 ਦੇ ਵਿੱਚ ਅਗਰ ਡਿਸਕਾਂ ਲਾਵਾਂਗੇ, ਡਿਸਕਾਂ 18 ਦੇ ਵਿੱਚ ਲਾਵਾਂਗੇ ਤਾਂ 5,90,000 ਰੁਪਏ ਦੀਆਂ ਬੰਨਣਗੀਆਂ। ਇਹਦੇ 'ਚ ਆਪਾਂ ਚੈਨਲ ਦਾ ਤਵਾ ਪਾ ਦਿਆਂਗੇ ਅਤੇ ਬਣ ਜਾਣਗੀਆਂ 6,20,000 ਰੁਪਏ ਦੀਆਂ, ਅਤੇ ਜੇ 19 ਤਵੇ ਉਮਰ ਦਾ ਤਵਾ ਲਾ ਕੇ ਲਾਵਾਂਗੇ ਉਹ 6,20,000 ਰੁਪਏ ਦੀਆਂ ਬਣਨਗੀਆਂ। ਅਤੇ ਬਾਕੀ ਰੇਟ ਵਗੈਰਾ ਪੁੱਛਣੇ ਹੋਣ ਤਾਂ ਸਾਡੇ ਨਾਲ ਤੁਸੀਂ ਕਾਲ ਕਰ ਸਕਦੇ ਹੋ। ਮਿਲਦੇ ਹਾਂ ਅਗਲੀ ਵੀਡੀਓ 'ਤੇ, ਇਜਾਜ਼ਤ ਚਾਹੁੰਦੇ ਹਾਂ ਜੀ, ਉਦੋਂ ਤੱਕ ਅੱਲਾ ਹਾਫਿਜ਼।